ਕੀ ਇਹ ਬਲਵਿੰਦਰ ਸਿੰਘ ਤੇ ਉਹਦੇ ਜਿਹੜੇ ਮੁੰਡੇ ਨੇ ਇਹ ਜੱਗੂ ਭਗਵਾਨਪੁਰੀਏ ਦੇ ਸਾਥੀ ਵੀ ਨੇ ਔਰ ਉਹਦੇ ਲਈ ਕਿਤੇ ਨਾ ਕਿਤੇ ਇਹ ਡਰੱਗਸ ਦੇ ਕੈਰੀਅਰ ਦਾ ਵੀ ਕੰਮ ਕਰਦੇ ਰਹੇ ਜੋ ਪਿੰਡ 'ਚੋਂ ਚਰਚਾ ਚੱਲਦੀ ਉਹਨਾਂ ਬਾਰੇ ਬੜੇ ਮਗਰ ਉਹਨਾਂ 'ਤੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਉਹ ਸੁਖੀ ਰੰਧਾਵਾ ਜੀ ਦੇ ਬੰਦੇ ਨਾ ਉਸ ਪਿੰਡ 'ਚੋਂ ਮੈਂ ਕਦੀ ਅਜੇ ਤੱਕ ਹਰਿਆ ਨਾ ਮੈਨੂੰ ਉਸ ਪਿੰਡ 'ਚ ਕਦੀ ਲੜਾਈ ਦਾ ਪਤਾ ਇੰਨਾ ਪੈਸਾ ਐਕਸਟੋਰਸ਼ਨ ਤੋਂ ਕ੍ਰਾਈਮ ਤੋਂ ਡਰੱਗ ਰਿਲੇਟਡ ਇਹ ਜੱਗੂ ਭਗਵਾਨਪੁਰੀਏ ਦਾ ਜੇਲ੍ਹ 'ਚ ਰਹਿੰਦਿਆਂ ਕੰਮ ਫੈਲ ਰਿਹਾ ਪਹਿਲਾਂ ਇੱਕੋ ਗੈਂਗਸਟਰ ਹੈ ਜਿਹਨੂੰ VVIP ਫੈਸਿਲਿਟੀ ਮਿਲਦੀ ਹੈ ਜੇਲ੍ਹਾਂ 'ਚ ਉਸ ਵੇਲੇ ਨਿਰਮਲ ਸਿੰਘ ਕੌਲੋਂ ਦੀ ਪੱਗ ਉੱਤਰੀ ਸੀ ਮੇਰੇ ਖਿਆਲ ਮਜੀਠੀਏ ਨੂੰ ਅਤੇ ਉਹਦੇ ਕੋਲੋਂ ਰਵੀਕਰਨ ਕੱਲ ਕੋਲੋਂ ਸੁਣ ਲੱਗਿਆਂ ਕੋਈ ਭੁਲੇਖਾ ਲੱਗ ਗਿਆ ਸੀ 44 ਕੇਸ ਉਹਦੇ 'ਤੇ ਰਜਿਸਟਰਡ ਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਅਤੇ ਉਹਨਾਂ 'ਚੋਂ 38 ਜਿਹੜੇ ਨੇ ਉਹ ਇਕੱਲੇ ਹੀ ਬਿਕਰਮ ਮਜੀਠੀਏ ਦੇ ਇਲਾਕੇ ਦੇ ਨੇ ਆਹ ਬਿਕਰਮਜੀਤ ਸਿੰਘ ਮਜੀਠੀਆ ਖੜਾ ਇਸ ਬੰਦੇ ਦੀ ਗੈਂਗਵਾਰ 'ਚ ਬਾਅਦ 'ਚ ਮੌਤ ਹੋਈ ਆ ਔਰ ਇਹਨੂੰ ਪਿਛੂ ਗੈਂਗ ਕਿਹਾ ਜਾਂਦਾ ਸੀ ਇਹਦਾ ਕਈਆਂ ਨੂੰ ਮੂੰਹ ਦਾ ਕੀ ਜਲਾਬ ਹੋ ਜਾਂਦਾ ਕਿ ਕੀ ਹੈ ਇਹਨੂੰ ਜੋ ਪ੍ਰੋਬਲਮ ਆ ਬਾਦਲਾਂ ਨੇ ਇੱਕ ਭੌਂਕਣ ਲਈ ਲਿਆ ਕੇ ਰੱਖਿਆ ਇਹੋ ਜਿਹੇ ਬੰਦੇ ਇਹਨਾਂ ਕੋਲ ਮੈਂ ਡਰਨ ਵਾਲਾ ਨਹੀਂ ਮੈਂ ਇਹਨੂੰ ਬਿਕਰਮ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਪਿੱਛੇ ਉਨੀ ਦੇਰ ਰਹੂੰਗਾ ਜਿੰਨਾ ਦੇਰ ਤੈਨੂੰ ਮੈਂ ਜੇਲ੍ਹ 'ਚ ਨਹੀਂ ਭੇਜ ਦਿੰਦਾ ਅਤੇ ਕੀ ਗੱਲ ਬਿਕਰਮ ਮਜੀਠੀਏ 'ਤੇ 8-9 ਸਾਲ ਤੋਂ ਕੇਸ ਚੱਲ ਰਿਹਾ ED ਨੇ ਅੱਜ ਤੱਕ ਬਿਕਰਮ ਮਜੀਠੀਏ ਕਿਉਂ ਨਹੀਂ ਬੁਲਾਇਆ ਬੀਤੇ ਦਿਨੀ ਪਿੰਡ ਢਿਲਵਾਂ ਵਿੱਚ ਸਰਪੰਚ ਦਲਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਹੋਇਆ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਪੱਕਦਾ ਜਾ ਰਿਹਾ ਅਤੇ ਹੁਣ ਇਸ ਮਾਮਲੇ ਤੇ ਸਿਆਸੀ ਰੰਗ ਚੜ੍ਹਨਾ ਵੀ ਸ਼ੁਰੂ ਹੋ ਗਿਆ ਜੀ ਹਾਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਰੰਧਾਵਾ ਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰਧ ਹੋਣ ਦੇ ਦੋਸ਼ ਲਗਾਏ ਜਿਸ ਤੋਂ ਬਾਅਦ ਹੁਣ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਮਜੀਠੀਆ ਨੂੰ ਠੋਕਵਾਂ ਜਵਾਬ ਦਿੱਤਾ ਜੀ ਹਾਂ ਰੰਧਾਵਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਮਜੀਠੀਆ ਖਿਲਾਫ ਵੱਡੇ ਸਬੂਤ ਦਿਖਾਏ ਨੇ ਜਿਹਦੇ ਚਲਦਿਆਂ ਰੰਧਾਵਾ ਨੇ ਇਹ ਵੀ ਕਹਿ ਦਿੱਤਾ ਕਿ ਉਹ ਮਜੀਠੀਆ ਨੂੰ ਜੇਲ੍ਹ ਵਿੱਚ ਜ਼ਰੂਰ ਸੁੱਟਣਗੇ ਇਹਦੇ ਬਾਰੇ ਇੱਕ ਚੀਜ਼ ਮੈਂ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਨਾ ਉਸ ਪਿੰਡ 'ਚੋਂ ਮੈਂ ਕਦੀ ਅਜੇ ਤੱਕ ਹਰਿਆ ਨਾ ਮੈਨੂੰ ਉਸ ਪਿੰਡ 'ਚ ਕਦੀ ਲੜਾਈ ਦਾ ਪਤਾ ਇੱਕ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਕਿ 2004 ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਦੀ ਉਹਦੇ ਫਾਦਰ ਨਾਲ ਕੋਈ ਗੱਲ ਹੋਈ ਸੰਤ ਸਿੰਘ ਨਾਲ ਉਹ ਸੰਤ ਸਿੰਘ ਮਰੇ ਨੂੰ ਮੇਰਾ ਖਿਆਲ 10 ਸਾਲ ਹੋ ਗਏ ਨੇ ਅਤੇ ਇਹ ਜ਼ਰੂਰ ਹੈ ਕਿ ਲਾਗੇ ਨਿਰਮਲ ਸਿੰਘ ਕਾਹਲੋਂ ਦਾ ਬੇਟਾ ਬੈਠਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਜੇ ਕਿਸੇ ਦੀ ਪੱਗ ਉਤਰੀ ਸੀ ਤਾਂ ਉਹ ਨਿਰਮਲ ਸਿੰਘ ਕਾਹਲੋਂ ਦੀ ਇਹਨਾਂ ਦੇ ਅਮਰੀਕ ਸਿੰਘ ਖਲੀਲਪੁਰ ਅਤੇ ਜਿਹਦੇ ਨਾਲ ਇਲੈਕਸ਼ਨ ਲੜ ਰਹੇ ਸੀ ਦੋ ਪਾਰਟੀਆਂ ਉਸ ਵੇਲੇ ਨਿਰਮਲ ਸਿੰਘ ਕਾਹਲੋਂ ਦੀ ਪੱਗ ਉਤਰੀ ਸੀ ਮੇਰੇ ਖਿਆਲ ਮਜੀਠੀਏ ਨੂੰ ਅਤੇ ਉਹਦੇ ਕੋਲੋਂ ਰਵੀਕਰਨ ਕੱਲ ਕੋਲੋਂ ਸੁਣ ਲੱਗਿਆਂ ਕੋਈ ਭੁਲੇਖਾ ਲੱਗ ਗਿਆ ਸੀ ਦੂਸਰੀ ਜਿਹੜੀ ਚੀਜ਼ ਇਹਨੇ ਕਹੀ ਜਾਂ ਬਿਕਰਮ ਨੇ ਕਿ ਜਿਹੜਾ ਜੱਗੂ ਗੈਂਗਸਟਰ ਆ ਉਹਦਾ ਜਿਹੜਾ ਸੁਖਜਿੰਦਰ ਸਿੰਘ ਰੰਧਾਵੇ ਦੇ ਨਾਲ ਉਹਦੇ ਰਿਲੇਸ਼ਨ ਨੇ ਆਹ ਮੈਂ ਤੁਹਾਨੂੰ ਬਾਅਦ 'ਚ ਸਰਕੂਲੇਟ ਕਰ ਦਿਆਂਗਾ ਇਹਦੀਆਂ ਵੱਖ ਵੱਖ ਜੱਗੂ ਦੇ ਜਿਹੜੇ ਕੇਸਿਸ ਨੇ ਟੋਟਲ 44 ਕੇਸ ਉਹਦੇ 'ਤੇ ਰਜਿਸਟਰਡ ਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਅਤੇ ਉਹਨਾਂ 'ਚੋਂ 38 ਜਿਹੜੇ ਨੇ ਉਹ ਇਕੱਲੇ ਹੀ ਬਿਕਰਮ ਮਜੀਠੀਏ ਦੇ ਇਲਾਕੇ ਦੇ ਨੇ ਅੰਮ੍ਰਿਤਸਰ ਆਰ ਦੇ ਰੂਰਲ ਦੇ ਉਹਦੇ 'ਚ ਇਹਦਾ ਮਤਲਬ ਕਿ ਬਿਕਰਮ ਮਜੀਠੀਏ ਨੇ ਇੰਨੇ ਸਾਲ ਜਿਹੜਾ 14 ਤੋਂ ਲੈ ਕੇ ਜਾਂ 13 ਤੋਂ ਲੈ ਕੇ ਉਹਦਾ ਜੱਗੂ ਗੈਂਗਸਟਰ ਨੂੰ ਜਿਹੜਾ ਚਲਾਉਂਦਾ ਰਿਹਾ ਅਤੇ ਉਹ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ 'ਤੇ ਚਲਾਉਂਦਾ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਹਮੇਸ਼ਾ ਹੀ ਤੁਸੀਂ ਸਾਰੇ ਪ੍ਰੈਸ ਵਾਲੇ ਵੀ ਬੈਠੇ ਹੋ ਜਿੰਨਾ ਮੈਂ ਬਿਕਰਮ ਦੇ ਅਗੇਂਸਟ ਬੋਲਿਆ ਡਰੱਗਸ ਦੇ ਉੱਤੇ ਅਤੇ ਹੋਰਨਾਂ ਚੀਜ਼ਾਂ ਦੇ ਉੱਤੇ ਅਤੇ ਜੇ ਜੱਗੂ ਮੇਰਾ ਬੰਦਾ ਸੀ ਅਤੇ ਫਿਰ ਇਹਨੂੰ ਉਸ ਵੇਲੇ ਇਮੀਡੀਏਟਲੀ ਉਹਦੇ 'ਤੇ ਐਕਸ਼ਨ ਕਰਨਾ ਚਾਹੀਦਾ ਤੁਹਾਨੂੰ ਮੈਂ ਲਿਸਟ ਦੇ ਦਾਂਗਾ ਉਹਦੇ 'ਚ 29 ਇਹਦੇ ਆਪਣੇ ਇਲਾਕੇ ਦੇ ਕੇਸਿਸ ਨੇ ਜਿਨ੍ਹਾਂ ਤੋਂ ਇਹ ਉਹ ਕਰਦਾ ਰਿਹਾ ਇਹ ਜ਼ਰੂਰ ਆ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਮੈਂ ਸਖਤਾਈ ਕੀਤੀ ਆ ਅਤੇ ਜਿਹੜੀਆਂ ਗੱਲਾਂ ਕਰਦਾ ਮੇਰੇ ਖਿਆਲ ਇਹਦਾ ਜਿਹੜਾ ਅੰਦਰੋਂ ਜਿਹੜਾ ਕੰਮ ਚੱਲਦਾ ਸੀ ਉਹ ਬਿਕਰਮ ਦਾ ਅੱਗੇ ਨਾਲੋਂ ਬੰਦ ਹੋਇਆ ਦੂਸਰੀ ਇਹਨੇ ਚੀਜ਼ ਕੱਲ੍ਹ ਜਿਹੜੀ ਕੀਤੀ ਹੈ ਪ੍ਰੈਸ ਕਾਨਫਰੰਸ ਉਹਦੇ 'ਚ ਇਹਨੇ ਕਿਹਾ ਕਿ ਜੱਗੂ ਦਾ ਇੱਕ ਭਰਾ ਉਹਦਾ ਨਾਮ ਮੰਨੂ ਕਿ ਕੀ ਇਹਨੇ ਕੋਈ ਕਿਹਾ ਇਹਦੇ 'ਚ ਲਿਖਿਆ ਉਹਨਾਂ ਨੇ ਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਭਗਵਾਨਪੁਰ ਇਹ 2014 ਦੀ FIR ਉਹਦੇ 'ਤੇ ਦਰਜ ਆ NDPS ਪਾਸਪੋਰਟ ਦੀ ਔਰ ਇਲੀਗਲ ਵੈਪਨਸ ਦੀ ਉਹ 15 ਦੇ ਵਿੱਚ
इंडिया छड्ड के ते बाहरली कंट्री चला गया, वह भी सुखजिंदर सिंह ने भेजा कि बिक्रम मजीठी ने भेजा। ये बिक्रम मजीठी ने उन्होंने वह शेल्टर ये करता रहा, उसके भरा परिवार को उन्होंने सारे। दूसरी चीज मैं हूँ तुम हम फोटोग्राफ्स भी दिखाई जाना कि जोड़ा ये कही जाता आ फोटोआं ने, बाकी तो मेरे को जो हूँ फिर दोबारा बोलेगा वो सैकंड जी हैगी इंस्टॉलमेंट वो कढ़ांगा। आ बिक्रमजीत सिंह, बिक्रमजीत सिंह मजीठिया खड़ा, ये पम्मा सुल्तान विंड खड़ा, जेडे थोड़े दिन पहला ही ये जी बेल हुई है, बेल नहीं हुई कि उतों परोल से बहर आया जेल चो अमृतसर जेल चो, तो जगरूप सिंह चंदी के नाल विरसा सिंह वटोए, विरसा सिंह सिरसे के नाल मनजिंदर सिंह सिरसे के नाल यो पम्मा, ये तुम आप जाके अमृतसर के वेरीफाई कर सकते हो कि बंदा कौन है, तो यदा की मेरा बैकग्राउंड यदि की है। आ चीज़ एक आ जी दूजी फोटो आ, ये एक नंबर से गोली गोपी आदा पिंड कोटली सूरतमली है, और ये उत्ते चार केसिज ने, इस वे मैक्सीम जी नाभा जेल है वो बंद है। यदा मतलब मेरे एरिए बंदा खलोता ये ना एक नंबर से कह रहा कि सुखजिंदर सिंह रंधावा के बंदे जे गैंगस्टर ने। नंबर दो ते ओ परमजीत सिंह पम्मा, नंबर तीन ते आ बिक्रम मजीठिया लोगों के खड़ा परम, ये तीन नंबर ते एक दिलबाग, दिलबाग सिंह एलियस लम्मा पट्टी वाला, एदी इस बंदे दी गैंग वार च बाद च मौत हुई है, और इनू बिछू गैंग कहा जाता सी, इहदा जिहड़ा हैड सीगा। ये जिहड़ियां फोटोग्राफ्स ने बाकी नामां दे विचों जदों इन्हां नूं लभांगे तो यदा मतलब जो बाकी भी नाम लिखे ने तो उन्होंने यह मैं पूछना चाहना कि ये जोड़े बंदे ने इन्हों के केसिज तुम इन्हों सारे मैं कॉपियां बाद दे देने उन्होंने तुम वेरीफाई करो, और बिक्रम मजीठिया पुछो कि तेरिया फोटो जेडे गैंगस्टर तगड़े नामी गैंगस्टर ने उन्होंने नाल तेरिया फोटो ने सुखजिंदर सिंह रंधावा की कोई फोटो है नहीं। ये जिहड़िया इदा लोगों के उत्ते गल करके दूसरों के उत्ते झूठे एलीगेशन लाने तो उन्होंने लैके चलना। आ जी सब तो एक मेजर मैं हम तुम्हें दिखाने लगा फोटो, इनू सोनू कंगला कहते ने गैंगस्टर है, तो यदी ये दिलबाग सिंह लम्मे की है, ये तो मैं बाद दे दाँगा सारे कॉपियां कि ये किड़े किड़े केस ने जिहदे नाल उहदी फोटो भी दाँगा जेड़े बाहां बन के दूसरे गैंग वार से जरा मरिया। आ सोनू कंगला गैंग गैंगस्टर है, कंगला तो गैंगस्टर बन तो पहला कंगला होना, बाद च रईस हो गया होना। ये फोटो आ जी, ए उत्ते 34 केस रजिस्टर्ड ने, अज भी ये जेल के बंद है। 2014 च जिहड़ी जेटली साहब की इलैक्शन सी, जेटली साहब की जिहड़ी इलैक्शन सी उहदी माता नूं तां इन्हां ने अकाली दल ज्वाइन कराया। आ सुखबीर सिंह बादल खड़े ने श्रोमणी अकाली दल के प्रेजिडेंट, ये देश भगत जिहड़े ने बिक्रमजीत सिंह मजीठिया वह खड़े ने कि जिन्हां नूं हर बंदा ही गलत दिसदा ये आप खड़े ने। आ जिहड़ी लिस्ट 34 केसां दी इहदी तुहानूं दे दांगे, इहदा भी पता कर लैण कि इह कौन है ते की इन्हां दा पिछोकड़ की आ। दूसरी चीज फोटोग्राफ आ तलबीर सिंह दा पीए, सारी दुनिया नूं पता कि तलबीर कौन है, जिहड़ा नंबर टू तो नहीं मैं कह सकदा नंबर वन कहांगा कि गैंगस्टर जिन्हें पैदा किया पंजाब दे विच ते माझे दे विच। तलबीर सिंह इहदा पीए, इहदे नाल जिहड़े बंदे खड़े ने उहो ही जिहड़ा लम्मा कंगला नहीं दूसरा पम्मा, ये सारे ही गैंगस्टर इहदे नाल खड़े ने। और कित्थे खड़े ने, जिस दिन ये यूथ अकाली दल का प्रेजिडेंट बिक्रम मजीठिया बनिया तो उन्होंने रिसीव कर ली, ये उत्थे रस्तियां दे विच खड़े ने। फिर गैंगस्टर का लीडर ये है कि कोई होर है। आ देखो जी ये फोटो लुआई गई है, कोई पब्लिक दे विच नहीं। आ तलबीर इहदा पीए खड़ा,
ਨਾਲ ਲੰਮਾ ਪੱਟੀ ਖੜਾ ਜਿਹਨੂੰ ਵਿਸ਼ੂ ਗੈਂਗ ਕਹਿੰਦੇ ਸੀ, ਨਾਲ ਹੀ ਭਾਵੇਂ ਸੁਲਤਾਨ ਵਿੰਡ ਵਾਲਾ ਇਹ ਖੜਾ, ਤੇ ਇਹ ਪਤਾ ਨਹੀਂ ਇਹਦਾ ਵੀ ਪਤਾ ਕਰ ਲੈਂਦੇ ਕਿ ਜਿਹੜੇ ਨਾਲ ਖੜੇ ਨੇ ਇਹ ਕਿਹੜੇ ਨੇ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ, ਅਗਲੇ ਪਾਸੇ ਪੰਮਾ ਬਿਟਿੱਕਾ ਜਿਹੜਾ ਅਕਾਲੀ ਦਲ ਦਾ ਪ੍ਰੈਜੀਡੈਂਟ ਤੇ ਤਲਬੀਰ, ਇਹ ਇਹ ਗੈਂਗਸਟਰਾਂ ਤੋਂ ਲੈ ਕੇ ਇਹ ਘੁੰਮਦੇ ਨੇ। ਪਬਲਿਕ ਇਕੱਠੀ ਕਰਨ ਲਈ ਇਹਨੇ ਵਿਕਰਮ ਮਜੀਠੀਆ ਨੇ ਗੈਂਗਸਟਰ ਜਿਹੜੇ ਲੈ ਕੇ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਵਿਕਰਮ ਮਜੀਠੀਆ ਉਹਦੇ ਤੋਂ ਪਹਿਲਾਂ ਕਦੀ ਪੰਜਾਬ 'ਚ ਕੋਈ ਗੈਂਗਸਟਰ ਤੁਸੀਂ ਸੁਣਿਆ ਨਹੀਂ ਸੀ, ਨਾ ਹੀ ਕਦੀ ਇਹੋ ਜਿਹੀ ਕੋਈ ਚੀਜ਼ ਆਈ ਸੀ। ਟੈਰਿਸਟ ਤਾਂ ਸੁਣੇ ਸੀਗੇ ਅਤੇ ਗੈਂਗਸਟਰ ਕਦੀ ਪੰਜਾਬ 'ਚ ਨਹੀਂ ਸੁਣਿਆ। ਇਹਨਾਂ ਨੂੰ ਪੰਜਾਬ 'ਚ ਜੇ ਕਿਸੇ ਨੇ ਲਿਆਂਦਾ ਤਾਂ ਉਹ ਵਿਕਰਮ ਮਜੀਠੀਆ ਨੇ ਲਿਆਂਦਾ। ਜਿਹੜੀ ਵਿਕਰਮ ਮਜੀਠੀਆ ਨੂੰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਫਲੋਰ ਆਫ ਦਾ ਹਾਊਸ, ਅਸੀਂ ਤਾਂ ਜਾਖੜ ਸਾਹਿਬ ਜਦੋਂ ਸਾਡੇ CLP ਦੇ ਲੀਡਰ ਸੀ ਅਤੇ ਉਸ ਵੇਲੇ ਇਹਨੇ ਕਿਹਾ ਸੀ ਕਿ ਭੋਲਾ ਜਿਹੜਾ ਅਰੈਸਟ ਕੀਤਾ ਉਹਦੇ ਕੋਲੋਂ 6,000 ਕਰੋੜ ਦੀ ਜਿਹੜੀ ਆ ਡਰੱਗ ਜਿਹੜੀ ਆ ਉਹ ਅਸੀਂ ਰਿਕਵਰ ਕੀਤੀ ਆ। ਉਹ ਡਰੱਗ ਕਿੱਥੇ ਗਈ, ਕਿਉਂ ਨਹੀਂ ਉਹਦੀ ਰਿਕਵਰੀ ਪਾਈ, ਉਹ ਪੈਸਾ ਕਿੱਥੇ ਗਿਆ, ਉਹ ਪੈਸਾ ਵਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਦੇ ਘਰ ਗਿਆ। ਇਹਨਾਂ ਨੇ ਉਹ ਡਰੱਗ ਜਿਹੜੀ ਆ ਪੰਜਾਬ 'ਚ ਬਾਅਦ 'ਚ ਇਹਨਾਂ ਨੇ ਵੇਚੀ ਆ। ਤੀਸਰੀ ਚੀਜ਼ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਸੁਖਜਿੰਦਰ ਸਿੰਘ ਰੰਧਾਵਾ 1,000 ਕਰੋੜ ਦਾ ਜਿਹੜਾ ਉਹਦੇ ਰਾਹੀਂ ਇਹਨੇ ਰੈਕਟ ਚਲਾਇਆ, ਮੈਂ ਵਿਕਰਮ ਮਜੀਠੀਆ ਨੂੰ ਕਹਿੰਦਾ ਕਿ ਤੂੰ ਜੱਗੂ ਦਾ ਜਿਹੜਾ ਸੀਗਾ ਉਹ ਮੁਨੀਮ ਸੀਗਾ, ਅਤੇ ਜੇ ਕੋਈ ਉਹ ਚੀਜ਼ ਹੈਗੀ ਤਾਂ ਮੇਰੇ ਸਾਹਮਣੇ ਲਿਆਉਂਦੀ ਜਾਏ। ਅਤੇ ਨਾਲ ਹੀ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਕਿ ਉਸ ਪਿੰਡ ਦੇ ਵਿੱਚ ਜਾ ਕੇ ਪ੍ਰੈਸ ਵਾਲੇ ਪਤਾ ਕਰ ਲੈਣ ਕਿ ਸੁੱਚਾ ਸਿੰਘ ਲੰਗਾ ਇਲੈਕਸ਼ਨ ਤੋਂ ਪਹਿਲਾਂ ਉਹਦੇ ਘਰ ਗਿਆ ਕਿ ਨਹੀਂ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਵੈਰੀਫਾਈ ਕਰ ਸਕਦੇ ਹੋ ਔਰ ਪਿੰਡ ਉਸ 'ਚੋਂ ਜਾ ਕੇ ਪੁੱਛ ਸਕਦੇ ਹੋ ਕਿ ਉਹ ਪਰਿਵਾਰ ਕਿੱਥੇ ਸੀ ਅਤੇ ਕਿਹਦੇ ਨਾਲ ਸੀ। ਜੱਗੂ ਜਾਂ ਕੋਈ ਹੋਰ ਜਿਹੜੇ ਨੇ ਉਹਨਾਂ ਦਾ ਕਿੰਨਾਂ ਨੂੰ ਨਹੀਂ ਪਤਾ ਕਿ ਜਿਹੜੀ ਤੁਹਾਨੂੰ ਮੈਂ ਲਿਸਟ ਹੀ ਦੇ ਦਿੱਤੀ ਆ ਕਿ ਮਿਨਿਸਟਰ ਹੋਵੇ, ਡਿਪਟੀ CM ਦਾ ਰਿਸ਼ਤੇਦਾਰ ਹੋਵੇ ਅਤੇ ਉਹਦੇ ਇਲਾਕੇ 'ਚ ਖੁੱਲ੍ਹ ਕੇ ਨਸ਼ਾ ਵਿਕਦਾ ਹੋਏ। ਅਤੇ ਨਾਲ ਹੀ ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਕਿ 2008 ਦੀ ਗੱਲ ਆ ਕਿ ਸਭ ਤੋਂ ਪਹਿਲਾਂ ਜਿਹੜੀ ਪੰਜਾਬ 'ਚ ਹੈਰਨ ਫੜੀ ਗਈ ਸੀ ਉਹ ਰਜਿੰਦਰ ਸਿੰਘ ਵੈਰੋਕੇ ਸੀ ਔਰ ਉਹ ਸਰਪੰਚ ਸੀ, ਅਕਾਲੀ ਦਲ ਦਾ ਡਿਸਟ੍ਰਿਕਟ ਗੁਰਦਾਸਪੁਰ ਦਾ ਸੀਨੀਅਰ ਵਾਈਸ ਪ੍ਰੈਜੀਡੈਂਟ ਸੀ ਔਰ ਨਿਰਮਲ ਸਿੰਘ ਕਾਲੋਂ ਦਾ ਰਾਈਟ ਹੈਂਡ ਬੰਦਾ ਸੀ, ਉਹਦੇ ਕੋਲੋਂ ਫੜੀ ਗਈ ਸੀ। ਅਤੇ ਜਿਹੜੀਆਂ ਇਹ ਗੱਲਾਂ ਕਰਨੀਆਂ ਕਿ ਇਹਨਾਂ ਦੇ ਨਾਲ ਜਿਹੜੀ ਹੁਣ ਆਪਾਂ ਢਿਲਵਾਂ ਪਿੰਡ 'ਤੇ ਹੀ ਆ ਜਾਈਏ ਕਿ ਜਿਹੜਾ ਇਹਨਾਂ ਕਹਿ ਕੇ ਦੀ ਜਾਤੀ ਕੋਈ ਸੀ, ਮੈਂ 2004 ਦੀ ਗੱਲ ਕਰਦਾ, ਉਹਦੇ ਬਾਅਦ 'ਤੇ ਮੈਂ ਕਈ ਵਾਰਾਂ ਅਤੇ ਜੋ 3 ਵਾਰੀ ਤਾਂ MLA ਬਣ ਗਿਆ। ਅਤੇ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਉਹਦੇ ਕਰਨੀ, ਹਾਂ ਇੱਕ ਜ਼ਰੂਰ ਹੈ ਕਿ ਜਿਹੜਾ ਕਹਿੰਦਾ ਮੈਂ ਹਿਊਮਨ ਰਾਈਟਸ ਕੋਲ ਜਾਵਾਂਗਾ ਉਹਦੇ ਵਿੱਚ ਹਿਊਮਨ ਰਾਈਟਸ ਕੋਲ ਜ਼ਰੂਰ ਜਾਣਾ ਚਾਹੀਦਾ, ਤੁਹਾਨੂੰ ਪ੍ਰੈਸ ਵਾਲਿਆਂ ਨੂੰ ਜਾਣਾ ਚਾਹੀਦਾ ਕਿ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਦੇ ਜੇ ਸੁਖਜਿੰਦਰ ਸਿੰਘ ਰੰਧਾਵਾ ਉਹਦੇ 'ਚ ਤਾਂ ਜ਼ਰੂਰ ਦੋਸ਼ੀ ਜਿਹੜੇ ਹੋਣਗੇ ਉਹਨਾਂ ਕੋਈ ਬਿਲਕੁਲ ਨਹੀਂ ਛੱਡਿਆ ਜਾਊਗਾ। ਨਾਲ ਤੁਹਾਨੂੰ ਕਹੂੰਗਾ ਕਿ ਉਸ ਪਰਿਵਾਰ ਦੇ, ਕਿਉਂਕਿ ਅੱਜ ਜਦੋਂ ਮੈਂ ਟੈਲੀਫੋਨ ਕੀਤਾ ਉਸ ਪਰਿਵਾਰ ਦੇ ਮੱਝਾਂ ਗਾਵਾਂ ਉਹਨਾਂ ਦਾ ਪੋਲਟਰੀ ਫਾਰਮ ਸਭ ਕੁਝ ਉਜਾੜ ਦਿੱਤਾ ਗਿਆ। ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਨਹੀਂ, ਜਿਹੜੇ ਕਾਤਲ ਨੇ ਉਹਨਾਂ ਨੂੰ ਫੜਨਾ ਚਾਹੀਦਾ, ਉਹਨਾਂ 'ਤੇ ਜ਼ਰੂਰ ਐਕਸ਼ਨ ਕਰਨਾ ਚਾਹੀਦਾ, ਉਹਨਾਂ ਦੇ ਰਿਸ਼ਤੇਦਾਰ ਵੀ ਬਿਠਾਉਣੇ ਚਾਹੀਦੇ ਕਿ ਉਹ ਬੰਦੇ ਪੇਸ਼ ਹੋਣ ਔਰ ਪੁਲਿਸ ਨੂੰ ਇਹ ਜਲਦੀ ਫੜਨੇ ਪੈਣਗੇ ਔਰ ਫੜੇ ਵੀ ਜਾਣਗੇ। ਅਤੇ ਨਾਲ ਤੀਸਰੀ ਜਿਹੜੀ ਚੀਜ਼ ਹੈ ਕਿ ਮੈਂ ਵਿਕਰਮ ਮਜੀਠੀਆ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਵੇਲੇ ASI ਨੂੰ ਕਤਲ ਕੀਤਾ ਗਿਆ ਉੱਥੇ ਉਸ ਅਕਾਲੀ ਦਲ ਦਾ ਜਿਹੜਾ ਲੀਡਰ ਸੀਗਾ ਉਹਨੇ ਭੰਗੜਾ ਪਾਇਆ ਔਰ ਇਹਦੇ ਨਾਰੇ ਲਾਏ, ਇਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ, ਉਸ ਵੇਲੇ ਉਹਨੇ ਨਾਰੇ ਲਾਏ ਕਿ ਵਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ, ਅਤੇ ਉਸ ਵੇਲੇ ਕਿੱਥੇ ਸੁੱਤਾ ਸੀ, ਉਦੋਂ ਕਿਉਂ ਨਹੀਂ ਇਹਨੇ ਕੀਤਾ। ਤੀਸਰੀ ਚੀਜ਼, ਬੱਸ ਦੇ ਵਿੱਚੋਂ ਲੜਕੀ ਸੁੱਟੀ ਗਈ ਔਰ ਰੇਪ ਕੀਤਾ ਗਿਆ ਅਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀਆਂ ਕਿਉਂ ਨਹੀਂ ਅੱਖਾਂ ਖੁੱਲ੍ਹੀਆਂ, ਕਿਉਂ ਨਹੀਂ ਉਹਨੇ ਸੈਕ ਕੀਤਾ ਇਹਨਾਂ ਦੋਨਾਂ ਨੂੰ। ਤੀਸਰੀ ਚੀਜ਼ ਹੋਰ ਮੈਂ ਪੁੱਛਣੀ ਚਾਹੁੰਦਾ ਕਿ ਜਿਸ ਵੇਲੇ ਮੇਰੇ ਆਪਣੇ ਇਲਾਕੇ 'ਚ ਕਾਲਾਂ ਵਾਲੀ ਪਿੰਡ ਆ ਉੱਥੇ ਮਰਡਰ ਹੋਇਆ ਸੀ, ਜਾਖੜ ਸਾਹਿਬ ਤੁਸੀਂ ਆਵਾਜ਼ ਚੁੱਕੀ ਸੀ ਉਸ ਟਾਈਮ, ਅਤੇ ਉਹ ਦੋ ਪਿਓ ਪੁੱਤ ਇਕੱਠੇ ਮਾਰ ਦਿੱਤੇ ਸੀ ਗਏ ਸੀ, ਅਤੇ ਉਹ ਮਾਰੇ ਕਿੰਨੇ ਸੀ, ਜਿਹੜਾ ਮਜੀਠੇ ਪੁਲਿਸ ਸਟੇਸ਼ਨ ਦੇ ਵਿੱਚ SHO ਲੱਗਾ ਸੀ ਉਹਦਾ ਚਾਚਾ ਪਿੰਡ ਦਾ ਵਿਰਸਾ ਸਿੰਘ ਸਰਪੰਚ ਸੀਗਾ, ਉਹਨੇ ਦੋਵੇਂ ਪਿਓ ਪੁੱਤ ਮਾਰ ਦਿੱਤੇ ਔਰ ਵਿਕਰਮ ਸਿੰਘ ਮਜੀਠੀਏ ਨੇ ਉਹਨੂੰ ਖਾਨਾ ਨੰਬਰ 2 'ਚ ਰੱਖਿਆ। ਉਹਦੇ ਬਾਅਦ ਕੋਰਟ ਨੇ ਉਹਨੂੰ ਉਮਰ ਕੈਦ ਦੀ ਸਜ਼ਾ ਕੀਤੀ, ਵਿਕਰਮ ਨੇ ਉਹਨੂੰ ਜੇਲ੍ਹ ਨਹੀਂ ਜਾਣ ਦਿੱਤਾ ਜਿੰਨੀ ਦੇਰ ਉਹ ਨਹੀਂ ਇਹ ਕਰ ਸਕਿਆ। ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਂ ਤਾਂ ਬੋਲਿਆ ਕਿ ਇਹਨੂੰ 2-3 ਦਿਨ ਹੋ ਗਿਆ, ਕਿਉਂਕਿ ਕਈਆਂ ਨੂੰ ਮੂੰਹ ਦਾ ਕੀ ਜਲਾਬ ਹੋ ਜਾਂਦਾ ਕਿ ਹੈ ਇਹਨੂੰ ਜੋ ਪ੍ਰੋਬਲਮ ਆ ਕਿ ਬਾਦਲਾਂ ਨੇ ਇੱਕ ਭੌਂਕਣ ਲਈ ਲਿਆ ਕੇ ਰੱਖਿਆ ਔਰ ਜਿਹਦੇ ਮਰਜ਼ੀ ਅਗੇਂਸਟ ਬੋਲੇ। ਹੁਣ ਜੇ ਵਿਰਸੇ ਵਲਟੋਏ ਵਰਗੇ ਕਿਤੇ ਗੱਲਾਂ ਕਰਨ ਕਿ ਜਿਹੜੇ ਅੱਤਵਾਦ ਦੇ ਵਿੱਚ ਜਿਹੜੇ ਅੱਤਵਾਦ ਦੇ ਮੋਹਰੀ ਰਹੇ ਨੇ, ਜਿਨ੍ਹਾਂ ਨੇ
कतल करके बेदी सिर जरा गली च लैके गर्दन लैके गलिया फिरते रहे योजे बंदे इन्होंने को मैं डरन वाला नहीं। और एक मैं बिक्रमजीत इन बिक्रम कहना चाहना कि तेरे पिछे उन्नी देर रहूंगा जिन्ना देर तेन मैं जेल च नहीं भेज दिता और तेन बिल्कुल नहीं बख्शूंगा। और मैं नाल ये भी प्रेस दे रही कहना कि इन चाहिए कि दोनों ही जाके चीफ जस्टिस जो पंजाब एंड हरियाणा हाई कोर्ट का उन्होंने मैं कहना कि आ मेरी इनकुआरी कराओ पिंड के जी गैंगस्टर के नाल ईडी के नाल जो इन्हें कब्बेबाजी की जी सा दोनों की जी हाई कोर्ट का सिटिंग जज क्योंकि ईडी की मैं कहूँगा क्योंकि ईडी ने बिल्कुल कुछ नहीं करना सीबीआई ने कुछ नहीं करना। जे पी चिदंबरम ईडी अरैसट कर सकती है तो की गल बिक्रम मजीठिया से 8-9 साल तो केस चल रहा ईडी ने अज तक बिक्रम मजीठिया क्यों नहीं बुलाया। मैं कहूँगा कि हाई कोर्ट का सिटिंग जज उन्होंने दोनों ही चलेंगे तुम साढ़े नाल चलो ये मेरे नाल चले मैं एप्लीकेशन लेता उसे साइन करे तो अं दोनों जड़े जी इनक्वायरी की डिमांड करा। देखा जाए तो अकाली सरपंच दे कतल तो बाद हुण सियासत विच इल्जामबाजी का सिलसिला शुरू हो गया ते हुण इल्जामबाजी का सिलसिला किथे जाके खत्म हुंदा है ए वेखना लाजमी होवेगा। चंडीगढ़ तो ब्यूरो रिपोर्ट चैनल पंजाब। हर लेटेस्ट खबर नूं सब तो पहला देखने लई साडे चैनल चैनल पंजाब नूं करो सबसक्राइब ते नोटिफिकेशन लई दबाओ बैल दा बटन।